ਮਾਗੋ ਲਾਤੀਨੀ ਅਮਰੀਕਾ ਦੇ ਕੋਲੰਬੀਆ ਦੇਸ਼ ਵਿੱਚ ਮੈਦੇਜਿਨ ਸ਼ਹਿਰ ਦੀ ਓਬਰੇਰੋ ਪਾਰਕ ਵਿੱਚ ਕਵਿਤਾ ਉਤਸਵ ਦੇ ਦਿਨੀ ਇੱਕ ਬੱਚਾ ਸਾਈਕਲ ਚਲਾਉਂਦਾ ਮੇਰੇ ਕੋਲ ਆਇਆ। ਮੇਰੀ ਪਗੜੀ ਅਤੇ ਦਾੜੀ ਦੇਖ ਕੇ ਪੁੱਛਣ ਲੱਗਾ, ਤੂੰ ਜਾਦੂਗਰ ਹੈ? ਕਹਿਣ ਲੱਗਾ ਸਾਂ ਨਹੀਂ, ਪਰ ਉਸ ਚਾਹ ਭਰੇ ਬੱਚੇ ਨੂੰ ਮੈਥੋਂ ਕਿਹਾ ਨਾ ਗਿਆ ਨਹੀਂ। ਮੈਂ ਕਿਹਾ ਹਾਂ, ਮੈਂ ਆਸਮਾਨ ਤੋਂ ਤਾਰੇ ਤੋੜ ਕੇ ਕੁੜੀਆਂ ਲਈ ਹਾਰ ਬਣਾ ਸਕਦਾ ਹਾਂ, ਮੈਂ ਦਰਖਤਾਂ ਨੂੰ ਸਾਜ਼ਾਂ ਵਿੱਚ ਬਦਲ ਸਕਦਾ, ਪੱਤਿਆਂ ਨੂੰ ਸੁਰਾਂ ਬਣਾ ਸਕਦਾ ਅਤੇ ਹਵਾ ਨੂੰ ਸਾਜ਼ਿੰਦੇ ਦੇ ਪੋਟੇ। ਬੱਚੇ ਨੇ ਹੈਰਾਨ ਹੋ ਕੇ ਕਿਹਾ, ਅੱਛਾ ਤਾਂ ਫਿਰ ਤੂੰ ਮੇਰੇ ਸਾਈਕਲ ਨੂੰ ਘੋੜਾ ਹੀ ਬਣਾ ਦੇ। ਮੈਂ ਇੱਕ ਵਾਰ ਸੋਚ ਕੇ ਕਿਹਾ, ਮੈਂ ਬੱਚਿਆਂ ਦਾ ਜਾਦੂਗਰ ਨਹੀਂ, ਵੱਡਿਆਂ ਦਾ ਜਾਦੂਗਰ ਹਾਂ। ਅੱਛਾ ਤਾਂ ਫਿਰ ਤੂੰ ਮੇਰੇ ਮਾਂ ਬਾਪ ਦੇ ਘਰ ਨੂੰ ਮਹਿਲ ਵਿੱਚ ਬਦਲ ਦੇ। ਮੈਂ ਛਿੱਥਾ ਜਿਹਾ ਪੈ ਕੇ ਆਖਿਆ, ਅਸਲ ਵਿੱਚ ਮੈਂ ਚੀਜ਼ਾਂ ਦਾ ਜਾਦੂਗਰ ਨਹੀਂ, ਮੈਂ ਲਫਜ਼ਾਂ ਦਾ ਜਾਦੂਗਰ ਹਾਂ। ਅੱਛਾ ਸਮਝ ਗਿਆ, ਤੂੰ ਪੋਇਟਾ ਏ ਪੋਇਟਾ। ਅਤੇ ਉਹ ਬੱਚਾ ਹੱਸਦਾ ਮੁਸਕਰਾਉਂਦਾ ਹੱਥ ਹਿਲਾਉਂਦਾ ਸਾਈਕਲ ਚਲਾਉਂਦਾ ਪਾਰਕ ਤੋਂ ਬਾਹਰ ਚਲਾ ਗਿਆ ਅਤੇ ਦਾਖਲ ਹੋ ਗਿਆ ਮੇਰੀ ਕਵਿਤਾ ਵਿੱਚ।